ਜ਼ਿੰਦਗੀ ਦੀ ਆਸ ਲੈ ਕੇ ਕਿਸੇ ਕੋਲ ਨਾ ਜਾਏ। ਕੁਰਾਨੀਅਤ ਨਾਸ ਰਹੀ ਹੈ, ਇੱਕ ਸੁਰ ਇਸਮੇ ਗੈਰ ਲੱਗ ਰਹੀ ਹੈ। ਸਾਰੇ ਗਾਮਾ ਪਦਾਨੀ ਸਨੀ ਦਾ ऐसे गीत का शुरू है। जिंदगी दिया से लेके किसे को न जाए, किसे को न जाए, किसे को न जाए। जिंदगी नहीं मिलनी, जिंदगी नहीं मिलनी ये सूद सिवा। जिंदगी दिया से लेके किसे को ਯਸ ਕੋਲ ਆ ਜਾ ਤੇਰੀ ਇਸ ਚ ਭੁਲਾਈ, ਜ਼ਿੰਦਗੀ ਦਾ ਨੂਰ ਲੈਣੇ ਹੱਕ ਤੇ ਸੱਚਾਈ। ਮਿਲੇ ਤਿੰਨ ਰੋਸ਼ਨੀ, ਮਿਲੇ ਤਿੰਨ ਰੋਸ਼ਨੀ ਤੇ ਜ਼ਿੰਦਗੀ ਦਰਾ। ਜ਼ਿੰਦਗੀ ਦੀ ਆਸ ਲੈ ਕੇ ਕਿਸੇ ਕੋ ਨਾ ਜਾ, ਕਿਸੇ ਕੋ ਨਾ ਜਾ, ਕਿਸੇ ਕੋ ਨਾ ਜਾ। ਧਿਆਨ ਸੇ ਦੇਖਿਆ, ਇੱਕ ਦੋ ਤਿੰਨ ਚਾਰ ਪੰਜ, ਜ਼ਿੰਦਗੀ ਦੀ ਆਸ ਲੈ ਕੇ ਇੱਕ ਦੋ ਤਿੰਨ ਚਾਰ ਪੰਜ, ਜ਼ਿੰਦਗੀ ਦੀ ਆਸ ਲੈ ਕੇ ਕਿਸੇ ਕੋ ਨਾ ਜਾ, ਕਿਸੇ ਕੋ ਨਾ ਜਾ, ਕਿਸੇ ਕੋ ਨਾ ਜਾ। ਜ਼ਿੰਦਗੀ ਨਹੀਂ ਮਿਲਣੀ ਯਸੂ ਦੇ ਸਿਵਾ। ਜਿਤਨੇ ਵੀ ਗਾਣੇ ਵਾਲੇ ਲੋਕ ਹੈ, ਉਹ ਅੱਛੇ ਤਰੀਕੇ ਸੇ ਯੇ ਬਾਤ ਦੇਖੇ ਔਰ ਸੀਖੇ ਕਿ ਆਪ ਆਪਣੀ ਜੋ ਆਵਾਜ਼ ਹੈ ਉਸ ਪਰ ਮਿਹਨਤ ਕਰੇ, ਆਪਣੀ ਆਵਾਜ਼ ਮੈਂ ਗਾਏ, ਕਿਸੀ ਕੀ ਕਾਪੀ ਨਾ ਕਰੇ ਕਿ ਯੇ ਇਸ ਤਰ੍ਹਾਂ ਗਾਤਾ ਮੈਂ ਇਸ ਤਰ੍ਹਾਂ ਗਾਊਂਗਾ। ਕਿਸੀ ਵੀ ਸਿੰਗਰ ਕੀ ਕਾਪੀ ਨਾ ਕਰੇ, ਆਪਣੀ ਆਵਾਜ਼ ਮੈਂ ਗਾਏ ਜਿਸ ਤਰ੍ਹਾਂ ਕਿ ਆਪਕੀ ਆਵਾਜ਼ ਹੈ। ਤੋ ਰਿਆਜ਼ਤ ਜੋ ਹੈ ਵੋ ਇਤਨੀ ਮੁਸ਼ਕਲ ਨਹੀਂ ਹੈ। ਅਗਰ ਕਾਫੀ ਦੋਸਤੋਂ ਨੇ ਕਿਹਾ ਤਾ ਕਿ ਸੁਬਹ ਕੀ ਜੋ ਰਿਆਜ਼ਤ ਹੈ ਵੋ ਕੈਸੀ ਹੋਤੀ, ਤੋ ਸੁਬਹ ਕੀ ਜੋ ਰਿਆਜ਼ਤ ਹੋਤੀ ਵੋ ਕਲਾ ਹੋਤਾ ਹੈ ਭਾਰੀ। ਜਬ ਆਦਮੀ ਸੋਇਆ ਉੱਠਦਾ ਹੈ ਤੋ ਫਿਰ ਉਸਕਾ ਗਲਾ ਭਾਰੀ ਹੋਤਾ ਹੈ, ਤੋ ਵੋ ਮਤਲਬ ਸ਼ਾਮ ਕੇ ਸ਼ਾਮ ਕਾ ਜਾਂ ਦੁਪਹਿਰ ਵਾਲਾ ਸਾਫ ਨਹੀਂ ਹੋਤਾ। ਸੁਬਹਾ ਗਲਾ ਰੈਸਟ ਹੋਈ ਹੋਤੀ ਹੈ ਗਲੇ ਕੋ, ਤੋ ਫਿਰ ਭਾਰੀ ਹੋਤਾ, ਤੋ ਉਸ ਗਲੇ ਕੇ ਲਿਹਾਜ਼ ਸੇ ਤੋ ਆਪ ਯਹਾਂ ਸੇ ਰਿਆਜ਼ ਸੇ ਸ਼ੁਰੂ ਕਰੇ।
आप जा सकते हैं। वैसे जिनसे सीखते हैं उसे अपने उस्ताद से या टीचर से पूछ लें, वो शायद इससे बेहतर बता दें। लेकिन सुबह की जो रियाजत है वो इन्हीं सुरों पर होती है जहां से मैं बता रहा हूं। सुबह की जो रियाजत है वो बहुत बेस्ट है, सबसे बेस्ट जो है वो सुबह की रियाजत है। तो आप सुबह की रियाजत खर्च चेंज कर लें, अगर आप यहां से नहीं करना चाहते तो ये वाला खर्च कर लें।